ਅਸਲਾਮ ਅਲੈਕਮ ਜੀ, ਕੀ ਹਾਲ ਚਾਲ ਜੇ? ਠੀਕ ਜੇ? ਤਗੜੇ ਜੇ? ਅੱਜ ਅਸੀਂ ਚੱਲੇ ਹਾਂ ਖਾਲੀ ਖਾਲਣ, ਕਿਉਂਕਿ ਖਾਲੀ ਨਾ ਖਾਲੀਏ ਤੇ ਪਾਣੀ ਨਹੀਂ ਲੰਘਦਾ, ਤੇ ਤੁਹਾਨੂੰ ਖਾਲੀ ਖਾਲ ਦੇ ਵਹਾਣੇ ਆ। ਨਾਲੇ ਉੱਥੇ ਬੇਬੇ ਬਾਬੇ ਬੁੱਬੇ ਹੋਣੇ ਨੇ, ਬੰਦੇ ਬਥੇਰੇ ਹੋਣੇ ਨੇ, ਸ਼ੁਗਲ ਮੇਲਾ ਲਾਵਾਂਗੇ, ਨਾਲੇ ਖਾਲੀ ਖੱਟਣ ਚੱਲੇ ਹਾਂ। ਓਕੇ, ਤੇ ਲਾਈਕ ਕਰ ਦਿਆ ਕਰੋ ਵੀਡੀਓ ਨੂੰ, ਤੇ ਚੈਨਲ ਸਬਸਕ੍ਰਾਈਬ ਵੀ ਕਰੋ। ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ। ਚਲੇ ਸ਼ੁਰੂ ਕਰਦੇ ਹੈ। ਇਹ ਵੇਖੋ ਜੀ, ਇਹ ਹਾਲ ਧੋਈ ਪੀ ਸਾਡੀ ਖਾਲੀ ਦੀ, ਘਾਹ ਗੰਦ ਪਿਲ ਜ਼ਿਆਦਾ ਹੋਇਆ ਪਿਆ ਇਸ ਪਰ, ਉਹ ਪਾਣੀ ਨਹੀਂ ਲੰਘਦਾ ਹੈਗਾ। ਇੱਥੇ ਤਾਂ ਥੋੜ੍ਹਾ ਘੱਟ ਹੈ ਅਤੇ ਅੱਗੇ ਗੰਦ ਜ਼ਿਆਦਾ ਹੈ, ਅਤੇ ਖਾਲੀ ਖਾਲਣੀ ਹੈ। ਅਤੇ ਖਾਲੀ ਬਣਾਉਣ ਦੇ ਤਰੀਕਾ ਤੁਹਾਨੂੰ ਵਿਖਾਵਾਂਗੇ ਪੂਰਾ। ਕਈਆਂ ਨਾਲ ਖਾਲੀ ਖਾਲਣੀ ਹੈ, ਪਹਿਲੇ ਦਾਤਰੀਆਂ ਨਾਲ ਘਾਹ ਵੱਢਣਾ, ਫਿਰ ਕਈਆਂ ਨਾਲ ਮਿੱਟੀ ਕੱਢ ਕੱਢ ਕੇ ਅਤੇ ਆਹ ਪਾਰੇ ਤਲਾਉਣੀ। ਅੱਛਾ, ਬਾਬਿਆਂ ਵਾਸਤੇ ਆਹ ਕੰਮ ਪਹਿਲੇ ਪਹਿਲੇ ਉੱਕਾ ਅਤੇ ਬਾਅਦ 'ਚ ਕਈਆਂ ਚਲਾਉਂਦੇ ਨੇ, ਹੈ ਬਾਬਾ? ਹਾਂਜੀ, ਪਹਿਲੇ ਉੱਕਾ। ਹਾਂਜੀ, ਪਹਿਲੇ ਉੱਕੇ ਤੋਂ ਸੁੱਟਿਆ ਜਾਂਦਾ ਹੀ ਨਹੀਂ। ਉੱਕਾ ਪੀਕ ਵਹਾਇਆ ਨਾ ਪਹਿਲੇ, ਐਂ ਜੇ ਤੂੰ ਕੱਢ। ਇਹ ਸਭ ਕਿਆ ਦੇਖਣਾ ਪੜ ਰਹਾ ਹੈ? ਅੱਛਾ ਹੈ ਮੈਂ ਅੰਧਾ ਹੂੰ। ਇਹ ਜੀ ਬਾਬੇ ਹਰੀ ਨਾਲੀ ਨੂੰ ਵੇਖ ਕੇ ਗੁੱਸਾ ਹੋ ਕੇ ਆਉਂਦੇ ਪਏ ਨੇ। ਕੀ ਹੈ ਬਾਬਾ ਗੁੱਸਾ? ਕੀ ਹੋਣਾ ਵੀ ਸਾਰਾ ਦੇ ਵਿੱਚ ਗੰਦ ਭੜਿਆ ਪਿਆ ਹੈ। ਹਾਂ, ਇਹ ਪਾਣੀ ਖੇਚ ਆਪਣਾ ਪਾਣੀ ਇਥੋਂ ਕਿ ਟੱਪਣਾ। ਇਹ ਵੇਖੋ ਜੀ, ਜੇ ਖਟੀ ਜਾਂਦੀ ਤਾਂ ਪਾਣੀ ਖੱਟ ਪੱਟੇ ਨਿਕਲਿਆ, ਹੁਣ ਪਾਣੀ ਤਾਂ ਇੱਥੇ ਟੱਪਦਾ ਹੀ ਨਹੀਂ ਹੈ ਸਾਰਾ ਸਾਰਾ। ਇਹ ਵੇਖੋ ਜੀ, ਇਹ ਹਾਲਤ ਬਣੀ ਪਈ ਹੈ। ਇਹ ਖਾਲ ਕੇ ਤੇ ਵੀ ਆਈ ਪੀ ਨਾਲੀ ਕਰਨੀ ਅਸੀਂ। ਖਾਲੀ ਤੁਹਾਨੂੰ ਵਹਾਵਾਂਗੇ ਇਸ ਤਰ੍ਹਾਂ ਨਾਲ, ਸਾਫ ਖਾਲੀ ਹੋ ਜਾ ਸੀ। ਇਹ ਵੇਖੋ ਜੀ, ਪਾਰੇ ਤੇ ਇੰਨਾ ਇੰਨਾ ਘਾਹ ਚੜਿਆ ਪਿਆ, ਇੱਥੋਂ ਨਾ ਲਾਂਘਾ ਜਾਤਾ ਨਾ ਟਾਪਾ ਜਾਤਾ। ਇਹ ਜ਼ਿਮੀਦਾਰ ਜਿਹੜੇ ਨਾ, ਇਹ ਨਾਲੀਆਂ ਤੇ ਵੱਟਾਂ ਤੇ ਸੱਪਾਂ ਦੀਆਂ ਸਿਰੀਆਂ ਮਿਦ ਮਿਦ ਕੇ ਪਾਣੀ ਲਾਉਂਦੇ ਨੇ। ਬਸ ਸਹੀ ਹੈ। ਇਹ ਵੇਖੋ ਜੀ, ਇਹੋ ਜਿਹੇ ਗੰਜ ਸੱਪ ਬਥੇਰੇ ਨਿਕਲ ਪੈਂਦੇ ਨੇ। ਐਵੇਂ ਨਹੀਂ ਮਿਸਾਲ ਬਣੀ ਵੀ ਜ਼ਿਮੀਦਾਰ ਸੱਪਾਂ ਦੀਆਂ ਸਿੱਡੀਆਂ ਮਿੱਧ ਹੈ। ਇੱਥੋਂ ਸੱਪ ਨਾ ਨਿਕਲਣ ਤੇ ਹੋਰ ਕੀ ਨਿਕਲਿਆ ਜਿੰਨਾ ਗੰਦ ਚੜਿਆ ਪਿਆ। ਹਾਂ, ਇਹ ਸਫਾਈ ਤੇ ਰਹਿੰਦੇ ਨੇ, ਅਸੀਂ ਇਹੋ ਜਿਹੀਆਂ ਗੰਦ 'ਚ ਨੰਗੇ ਪੈਰੀ ਚਾਹੀਦਾ। ਇੱਦਾਂ ਜੀ, ਚਲੋ ਪੱਟੀ ਆਉਣ ਦੇ ਬਾਬਾ, ਬਹਿ ਰਿਹਾ ਨਾਲੀ ਨਹੀਂ ਕਰਨਾ। ਉੱਕਾ ਤਾਂ ਪੀ ਲਈਏ। ਉੱਕਾ ਪਹਿ ਲਿਆ? ਅਮਲੀਆਂ। ਅੱਛਾ, ਅਮਲੀ ਬੰਦੇ। ਇੱਧਰ ਜੀ ਕੱਢ ਰਿਹਾ ਨਾਲੀ, ਕੁਛ ਬੰਦੇ ਵਿਹਲੇ ਬਹਿ ਰਹੇ ਨੇ। ਇੱਧਰ ਵੱਢ ਰਿਹਾ ਨੇ। ਹਾਂ ਬਾਈ, ਵਿਹਲੇ ਬਹਿ ਰਿਹਾ ਜੀ। ਪਿਛਲੀ ਵਾਰ ਇੱਥੋਂ ਪਾਰਾ ਬੜਾ ਟੁੱਟਦਾ ਰਿਹਾ, ਇੱਥੋਂ ਬੜਾ ਟੁੱਟਦਾ ਰਿਹਾ। ਹਾਂ, ਇਸ ਵਾਰੀ ਵੇਖੀ ਤੂੰ? ਅੱਛਾ,
ਆ ਪੀਰਾਂ ਨੂੰ ਬਾਛੜੇ ਉੱਤੇ ਇਹ ਦਮ ਪੜਦੇ ਪੈਣ, ਦਮ ਪੜਦੇ ਪੈਣ ਆ ਗਿਆ ਇੱਧਰ ਜੀ ਅਸੀਂ ਲੱਗ ਪਏ ਹਾਂ। ਇੱਥੋਂ ਸਾਡੀ ਟੱਕੀ ਆਈ ਹੈ, ਇੱਥੋਂ ਲੈ ਕੇ ਅਤੇ ਉਹ ਕਿਲੇ ਦੀ ਆਖਰ ਤਾਈਂ ਇਹ ਟੱਕੀ ਅਸੀਂ ਕੱਢਣੀ। ਉਸ ਤੋਂ ਪਿੱਛੇ ਫਿਰ ਜਿੰਦੀ ਜਿੰਦੀ ਟੱਕੀ ਆਉਂਦੀ ਆਈ ਉਹ ਕੱਢਦੇ ਜਾਣਦੇ। ਅੱਛਾ ਜੀ ਨਾਲੀ ਕੱਢਦੇ ਪੈਸਾ, ਬਾਬੇ ਨਾਲ ਡਿਊਟੀ ਲਾਈ ਹੈ ਕਿ ਤੂੰ ਨਾਲੀ ਨਾ ਕੱਢ, ਤੂੰ ਇੰਜ ਦੀਆਂ ਜਿਹੀਆਂ ਛਮਕਾਂ ਨੇ ਨਾ ਇੰਜ ਹਾੜਦੀਆਂ ਪਈਆਂ, ਇਹ ਸਾਫ਼ ਕਰ। ਐਂ ਲਿਆ ਲਿਆ ਕੁਆੜੀ ਐਵੇਂ ਦੀਆਂ ਛਮਕਾਂ ਛਮਕਾਂ ਲਾਹਣੇ ਆ, ਅੱਗੋ ਅੱਗੋ ਰਾਹ ਸਾਫ਼ ਕੀਤੀ ਜਾਣੇ ਆ, ਪਿੱਛੋਂ ਬਾਬੇ ਹਰੀ ਸਾਰੇ ਕਟਾਈ ਕੀਤੀ ਲਿਆਉਣ ਦੇ। ਹੁਣ ਮੈਂ ਚੱਲਿਆ ਕੁਆੜੀ ਲੈਣ, ਝਾੜੀ 'ਤੇ ਚੱਲਿਆ ਅਤੇ ਗੰਦ ਹੀ ਗੰਦ ਹੋਇਆ ਪਿਆ। ਇੱਧਰ ਸੇ ਨਾ ਲਾਂਘਾ ਜਾਤਾ ਨਾ ਟਾਪਾ ਜਾਤਾ, ਕਿਆ ਕਰੇ ਕਿਸਾਨ ਦੀ ਆਹ ਜ਼ਿੰਦਗੀ ਜੇ, ਕਿਸਾਨ ਤਾਂ ਇਸ ਵਾਰ ਰੁੱਲ ਗਿਆ। ਕੁਛ ਨਹੀਂ ਪੱਲੇ ਪਿਆ ਅੱਜ ਤੱਕ ਗੌਰਮੈਂਟ ਨੇ ਕਿਸਾਨ ਨੂੰ। ਇਹ ਵੇਖੋ ਜੀ ਐਡੀ ਮੁਸ਼ਕਿਲਾਂ ਨਾਲ ਫਸਲ ਨੂੰ ਪਾਣੀ ਲਾਈਦਾ, ਫਸਲ ਜਵਾਨ ਕਰੀ ਦੀ ਹੈ, ਫਿਰ ਜਦੋਂ ਮੰਡੀਆਂ ਜਾਂਦੀ ਹੈ ਫਿਰ ਹਕੂਮਤ ਪੈ ਜਾਂਦੀ, ਢੇਡ ਡੇਗ ਜਾਂਦੀ, ਬਣਦਾ ਹੀ ਕੁਛ ਨਹੀਂ ਹੈਗਾ। ਅਤੇ ਤੁਸੀਂ ਥੋੜ੍ਹੀ ਜਿਹੀ ਮਿਹਰਬਾਨੀ ਕਰਿਆ ਚਾਹ ਕਰੋ, ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਚੈਨਲ ਸਬਸਕ੍ਰਾਈਬ ਵੀ ਕਰਿਆ ਕਰੋ। ਭਾਈ ਨੇ ਬੋਲਿਆ ਕਰਨੇ ਕਾ ਤੂੰ ਕਰਨੇ ਕਾ। ਹਾਂਜੀ ਲੈਣ ਮੈਂ ਸਾ ਕੁਆੜੀ, ਉਹਨਾਂ ਨੇ ਆਵਾਜ਼ ਮਾਰੀ ਗਏ ਤੂੰ ਕੁਆੜੀ ਨਾ ਲੈ, ਤੂੰ ਅੱਜ ਸਾਡੇ ਦੇ ਘਰ ਸੁਪਰ ਹੀ ਵਾਜ਼ ਹੋਈ, ਸੁਪਰ ਵਾਜ਼ੀ ਸੁਪਰ। ਅਰੇ ਕਹਿਣਾ ਕਿਆ ਚਾਹਤੇ ਹੋ, ਸੁਪਰੀਡੈਂਟ ਬਣ ਸਾਡੇ, ਸੁਪਰੀਡੈਂਟ ਜਾਂਦੇ ਨਾ ਨਹੀਂ ਸੁਪਰਵਾਈਜ਼ਰ, ਸੁਪਰਵਾਈਜ਼ਰ ਅੱਜ ਮੈਂ ਇਹਨਾਂ ਤੋਂ ਬਣੂੰਗਾ ਸੁਪਰਵਾਈਜ਼ਰ। ਇਹ ਵੇਖੋ ਜੀ ਖਾਲਾ ਖੱਟਦੇ ਪੈਣੇ, ਅੱਜ ਇਹਨਾਂ 'ਤੇ ਸੁਪਰਵਾਈਜ਼ਰ ਬਣਨਾ, ਵੇਖਦੇ ਹਾਂ ਵੀ ਸਹੀ ਖੱਟ ਰਹੇ ਨੇ ਕਿ ਨਹੀਂ ਸਹੀ ਖੱਟ ਰਹੇ। ਤੁਸੀਂ ਵੀਡੀਓ ਵੇਖ ਕੇ ਇੰਜੋਏ ਕਰੋ। ਓਕੇ ਇਹ ਵੇਖੋ ਜੀ ਮਾਸ਼ਾਅੱਲਾ ਨਾਲੀ ਬੜੀ ਸੋਹਣੀ ਬਣਦੀ ਆ, ਬਾਬੇ ਲੱਗੇ ਉਹਨੇ ਕੱਢਣ ਨਾਲੀਆਂ। ਇਹ ਜਿਵੇਂ ਤੁਹਾਨੂੰ ਸਿਹਰੇ ਵਿਖਾਈ ਸੀ ਨਾ ਨਾਲੀ ਗੰਦ ਵਾਲੀ ਸੀ, ਤੇ ਹੁਣ ਵੇਖੋ ਜੀ ਵੇਖੋ ਜਿਵੇਂ ਖਾਲਾ ਸਾਡਾ, ਸਾਡੇ ਬੰਦੇ ਨਾਲ ਲੌਂਗੇ ਪੈਣ ਨਹੀਂ, ਅੱਗੇ ਨਾ ਵਿਖਾਇਆ ਅੱਗੇ ਵੀਡੀਓ ਬਣਾਈ ਸੀ ਗੰਦ ਵਾਲੀ, ਵੇਖਣਾ ਸੀ ਆ ਕੇ ਉਹ ਮੈਂ ਵੇਖੀ ਅੱਗੇ ਮੈਂ ਇੱਥੇ ਗਿਆ ਅੱਗੇ। ਹੈਲੋ ਜੀ ਹੁਣ ਹੁਣ ਸਹੀ ਲੱਗ ਰਿਹਾ ਨਾ ਖਾਲਾ, ਚੱਗੇ ਲਾ ਤੈਨੂੰ ਬਾਬਿਆਂ ਨੇ। ਹੈਲੋ ਜੀ ਬਾਬੇ ਹੋਰਾਂ ਨੇ ਨਾਲੀ ਕੱਢਤੀ ਹੈ ਚੰਗੀ ਤਰ੍ਹਾਂ ਘਾਹ ਘੂ, ਹੁਣ ਵੇਖੋ ਜੀ ਸੋਹਣੀ ਬਣ ਗਈ। ਛਿੱਕ ਰਿਹਾ ਤਸਵੀਰ ਵਿੱਚ। ਹਾਂਜੀ ਜੀ ਮਾਸ਼ਾਅੱਲਾ ਜੀ ਬੰਦਿਆ ਕੰਮ ਵਾਹਵਾ ਕਰਤਾ, ਵੇਖੋ ਜੀ ਆਹ ਨਾਲੀ ਦੇ ਵਿੱਚ ਮੈਂ ਉਸੇ ਨਾਲੀ ਦੇ ਵਿੱਚ ਟੁੱਟ ਕੇ ਲਗਾ ਜਾਂਦਾ ਜਿੱਥੇ ਅੱਗੇ ਟੁਰਿਆ ਨਹੀਂ ਜਾ ਰਿਹਾ ਸੀ। ਐਂ ਵੇਖੋ ਸਾਫ਼ ਹੋਈ ਪਈ ਨਾਲੀ, ਕੰਮ ਚੰਗਾ ਕਰ ਗਿਆ ਨੇ ਅੱਜ। ਅਤੇ ਅੱਜ ਤੁਸੀਂ ਤੰਦ ਹੋਣੇ ਕਿ ਜਾਨ ਛਡਾ ਲਈ ਹੈਗੀ ਹੈ, ਜਾਨ ਜੂਨ ਕੋਈ ਨਹੀਂ ਛਡਾਈ,
ਮੋਬਾਈਲ ਦੀ ਬੈਟਰੀ ਹੋਈ ਸੀ ਲੋ ਤੇ ਮੈਂ ਕਰ ਲਗਿਆ ਚਾਰਜ ਲਗਾਇਆ, ਫਿਰ ਆ ਕੇ ਅੱਜ ਇਹਨਾਂ ਨਾਲ ਛੁੱਟੀ ਮਰਵਾਈ, ਇਹਨਾਂ ਨਾਲ ਨਾਲ ਹੀ ਕਢਾਈ ਹੈ ਅਤੇ ਹੁਣ ਮੋਬਾਈਲ ਚਾਰਜਰ ਹੋ ਗਿਆ ਤਾਂ ਹੁਣ ਦੁਬਾਰਾ ਆ ਕੇ ਵੀਡੀਓ ਬਣਾ ਰਿਹਾ ਤੁਹਾਡੇ ਨਾਲ। ਐਂ ਵੇਖੋ ਜੀ, ਇੱਕ ਬਾਬਾ ਹਲੇ ਵੀ ਲੱਗ ਗਿਆ ਹੋਇਆ। ਐਂ ਵੇਖੋ ਜੀ, ਗੰਦ ਹੀ ਗੰਦ ਚੜਿਆ ਪਿਆ ਸੀ। ਇੱਥੇ ਜ਼ਿਆਦਾ ਗੰਦ ਸੀ, ਇਹ ਵੀ ਸਾਫ ਹੋ ਗਿਆ। ਹਾਂਜੀ, ਨਾਲਾ ਕੱਢ ਦਿੱਤਾ ਬਾਬਿਆਂ ਨੇ ਚੰਗੀ ਤਰ੍ਹਾਂ ਸਫਾਈ ਨਾਲ, ਅਤੇ ਟੱਪਾ ਟੱਪਾ ਮਿੱਟੀ ਨਾਲੇ 'ਚ ਚੁੱਕ ਦਿੱਤੀ। ਹੁਣ ਪਾਣੀ ਭੱਜ ਕੇ ਲੰਘੇਗਾ, ਫਸਲਾਂ ਨਾਲ ਭੱਜ ਕੇ ਛੜੇਗਾ। ਅੱਗੇ 3 ਘੰਟੇ ਪਾਣੀ ਦਿੰਦੇ ਸਨ ਅਤੇ ਕਨਾਲ ਥਾਂ ਮਸਾਂ ਪੀਜਦੀ ਸੀ, ਹੁਣ 1-2 ਕਿਲੋ ਪੀਜ ਜਾਏਗਾ। ਅਤੇ ਇਹ ਕੇਲੇ ਦਾ ਬੂਟੇ ਨੇ। ਅਤੇ ਅਗਰ ਸਾਡੀ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਿਆ ਜੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ। ਚੰਗਾ ਜੀ, ਅੱਲਾ ਹਾਫਿਜ਼।